ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਝਾਂ ਵਿਖਾਉਣੀਆਂ ਆ। ਦੋ ਮੱਝਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਤੇ ਇੱਕ ਆਉਂਦੀ ਆ ਹਲੇ, ਅਤੇ ਇੱਕ ਗਾਂ ਆ ਜਿਹੜੀ ਉਹ ਗਾਂ ਵਿਕੀ ਆ, ਉਹ ਵੀ ਬਸ ਵੀਰ ਜੀ ਹੁਣੀ ਆਏ ਆ ਲੈਣ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਜੀ? ਸਭ ਵਧੀਆ ਜੀ। ਤੇ ਵਿਕ ਗਿਆ ਮਾਲ ਪਰਸੋਂ ਵਾਲਾ? ਫਿਰ ਹਾਂਜੀ, ਉਹ ਤੇ ਪਰਸੋਂ ਵਿੱਚ ਹੀ ਉਦੋਂ ਵਿਕ ਗਿਆ ਸੀ, ਪਹਿਲਾਂ ਵਿਕੀ ਵਛੀ ਪਹਿਲਾਂ, ਫਿਰ ਮਈ ਵਿਕ ਗਈ ਕੱਚੀ ਜਿਹੜੀ ਮਹੀਨੇ ਦੀ ਸੀ। ਅੱਛਾ, ਤੇ ਆ ਵੀਰ ਉਹਨਾਂ ਨੂੰ ਫਿਰ ਦੇਤੀ ਗਾਂ ਵੱਡੀ ਗਾਂ, ਤੇ ਇਹਨਾਂ ਦਾ ਕੱਲ ਟਾਈਮ ਨਹੀਂ ਲੱਗਾ। ਅੱਛਾ, ਤੇ ਅੱਜ ਲੈਣ ਆਏ ਆ ਵਿਚਾਰੇ। ਅੱਛਾ, ਹਾਂਜੀ ਹਾਂਜੀ, ਵੱਡੀ ਗਾਂ ਫਿਰ। ਹਾਂਜੀ, ਮਾਰੋ ਹਵਾਜ ਭਾਈ ਉਹਨਾਂ ਤੋਂ ਪੁੱਛੀਏ ਭਲਾ। ਆਜੋ ਵੀਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਜੀ? ਤੇ ਕਿੱਦਾਂ, ਵਧੀਆ ਲੱਗੀ ਫਿਰ ਗਾਂ? ਵਧੀਆ ਲੱਗੀ। ਕਿੱਥੋਂ ਆਏ ਵੀਰ ਜੀ ਤੁਸੀਂ? ਅਸੀਂ ਗੁਰਦਾਸਪੁਰ ਤੋਂ ਆਏ, ਦੀਨਾਨਗਰ ਲੱਗੇ। ਅੱਛਾ, ਦੀਨਾਨਗਰ ਲੱਗੇ, ਉੱਧਰ ਪਠਾਨਕੋਟ ਵਾਲੀ ਸਾਈਡ ਤੋਂ, ਹਨਾ? ਠੀਕ ਹੈ, ਵੀਡੀਓ ਵੇਖ ਕੇ ਆਏ ਫਿਰ? ਹਾਂ, ਵੀਡੀਓ ਵੇਖ ਕੇ ਆਏ। ਅੱਛਾ, ਵਧੀਆ ਰਿਹਾ ਫਿਰ? ਵਧੀਆ ਰਿਹਾ, ਮਤਲਬ ਪਹਿਲੀ ਵਾਰੀ ਲਈ ਵੀਡੀਓ ਤੋਂ, ਅੱਗੇ ਵੀ ਨਿਕਲ, ਅੱਗੇ ਵੀ ਦੋ ਤਿੰਨ ਖੜੀਆਂ, ਵਧੀਆ ਨਿਕਲਦੀਆਂ ਰਹੀਆਂ ਵੀ। ਠੀਕ ਹੈ, ਵੇਖ ਲਓ ਜੇ ਕੋਈ ਕਮੀ ਪੇਸ਼ੀ ਹੈਗੀ ਤਾਂ ਹੁਣੇ ਦੱਸ ਦਿਓ, ਹੁਣੇ ਕੱਢ ਦਈਏ, ਹੁਣੇ ਕੱਢ ਦਈਏ, ਮੌਕਾ ਹੈਗਾ ਜੀ। ਅੱਛਾ, ਮਤਲਬ ਪਸੰਦ ਆ ਕੇ ਮਨ ਨੂੰ ਪੂਰੀ, ਮੇਨ ਗੱਲ ਤਾਂ ਪਸੰਦ ਆਉਂਦੀ ਹੁੰਦੀ ਆ, ਹਨਾ? ਤੇ ਹੁਣ ਬਸ ਲੱਦ ਕੇ ਤੁਰਨੀ ਆ, ਹਨਾ? ਚਲੋ ਫਿਰ, ਆਹ ਦੇਖ ਸਕਦੇ ਆ ਜਿਹੜੀ ਪਰਸੋਂ ਨਾਲੋਂ ਡਬਲ ਹੀ ਜਿਹੜੀ ਅੱਜ ਤਿਆਰ ਹੋ ਗਈ, ਕਾਫੀ ਬਣ ਗਈ ਆ। ਜੇ ਸੂਨ ਤੱਕ ਇਹਨੇ ਚੰਗੀ ਤਿਆਰ ਹੋ ਜਾਣਾ ਵਾ, ਤਾਂ ਇਹ ਪੁੜਿਆਂ ਤੋਂ ਆਪਾਂ ਦੇਖ ਸਕਦੇ, ਕੋਈ ਗੱਲ ਨਹੀਂ। ਚਲੋ ਫਿਰ ਭਾਈ, ਉਹਨਾਂ ਨੂੰ ਫੜਾਓ ਰਸਾ ਤੇ। ਹਾਂਜੀ ਹਾਂਜੀ, ਲਓ ਜੀ, ਮੁਬਾਰਕਾਂ ਹੁਣ ਭਾਈ ਤੁਹਾਨੂੰ ਬਹੁਤ ਬਹੁਤ। ਸੋਹਣੀ ਗਾਂ ਲਈ ਆ ਜਿਹੜੀ ਵੀਰ ਜੀ ਨਾਲ, ਤੇ ਆ ਜਿਹੜੀ ਗੱਡੀ 'ਚ ਚੜ ਗਈ ਆ, ਤੇ ਇੱਕ ਹੁਣੇ ਗੱਡੀ ਇੱਥੇ ਲੱਗ ਜਾਣੀ, ਉਹਦੇ 'ਚ ਮੱਝ ਲਾਉਣੀ ਆ। ਇਹ ਪਠਾਨਕੋਟ ਲਾਗੇ ਚੱਲੀ ਆ ਦੀਨਾਨਗਰ। ਇਹ ਲੱਦੀ ਗਈ ਵੀਰ ਜੀ, ਗੱਡੀ 'ਚ ਮਹਾਂ ਹੀ ਆਈ ਹੈ। ਅੱਛਾ, ਵਜਨ ਬਹੁਤ ਜ਼ਿਆਦਾ ਵੀਰ ਜੀ ਗਾਂ ਦਾ। ਠੀਕ ਹੈ, ਉਹ ਦੇਖ ਸਕਦੇ ਜੇ ਪਿੱਛੇ ਨੂੰ ਪੂਰੀ ਦਈ ਹੈ, ਲੱਗਣੀ ਪੂਰੀ ਖੈਂਦੀ ਹੈ ਡਾਲੇ ਦੇ ਨਾਲ ਤੇ। ਠੀਕ ਹੈ, ਤੇ ਲਿਆਓ ਫਿਰ ਹੁਣ ਜਿਹੜੀ ਮੱਝ, ਇੱਕ ਉਹ ਵੀ ਬਾਹਰ ਆ ਗਈ ਆ, ਹਨਾ? ਹਾਂਜੀ, ਉਹ ਕੋਈ ਨਹੀਂ, ਆਪਾਂ ਪਹਿਲਾਂ ਆਮ ਖਾ ਲਈਏ, ਹਨਾ? ਤੇ ਕਰੀ ਨਾਮ ਤੁਸੀਂ ਆਪਣਾ ਦੱਸ ਦਿਓ। ਨਾਮ ਪ੍ਰੇਮ ਸਿੰਘ, ਹਾਂਜੀ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਵੀ ਬੋਲਦੇ, 9901126। ਠੀਕ ਆ, ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ, ਇੱਥੋਂ ਹੀ ਆਪਾਂ ਕਰ ਲਈਏ। ਕਿੰਨਾ ਚਿਰ ਹੋ, ਕਿੰਨਾ ਕੁ ਚਿਰ ਲੈ ਜਾਓ ਵੀਰ ਜੀ ਹਲੇ? ਵੀਰ ਜੀ ਥਾਣ ਵੇਖੋ, ਝੋਟੀ ਨੂੰ ਕਹਿੰਦੇ ਗੋਟ ਗੋਟ ਤੇ ਲੱਗਾ। ਹਾਂਜੀ ਹਾਂਜੀ ਜੀ, ਦੇਣ ਖੜਦੀ ਜੇ ਜੇ 6-7 ਦਿਨ ਖੜਦੀ ਜੀ। ਅੱਛਾ, 7 ਦਿਨਾਂ ਤੋਂ ਪਹਿਲਾਂ ਵੀ ਸੂ ਸਕਦੀ ਜੇ, ਤੇ 7 ਦਿਨ ਖੜ ਵੀ ਸਕਦੀ ਜੇ। ਅੱਛਾ, ਕਿਉਂਕਿ ਉਪਰੇ ਥਾਂ ਆਈਆਂ ਵਾ। ਹਾਂਜੀ ਠੀਕ ਆ, ਤੇ ਦੁੱਧ ਕਿੰਨਾ ਚਵਾਈ ਜਾਓਗੀ? ਦੁੱਧ ਵੀਰ ਜੀ ਇਹ ਪਿਛਲੀ ਯਾਰ ਉਹਨਾਂ 12 ਕਿਲੋ ਚੋਇਆ ਜੀ। ਅੱਛਾ ਹਾਂਜੀ, ਯਾਰ ਕੀ ਕੋ ਵੱਧ ਚਵਾਲੇ ਘੱਟ ਚਵਾਲੇ ਆਪਾਂ ਕਹਿ ਨਹੀਂ। ਠੀਕ ਹੈ, ਗੱਬਨ ਪਸ਼ੂ ਦਾ ਜਿਹੜਾ ਦੁੱਧ ਦਾ ਅੰਦਾਜ਼ਾ ਹੀ ਹੁੰਦਾ ਵੀਰ ਜੀ, ਬਾਕੀ ਆਪਾਂ ਦੇਖ ਸਕਦੇ ਜੇ ਚੰਗੇ ਗੈਪ ਬੂਕ ਵੇਖੋ ਵੀਰ ਜੀ ਹਵਾਨੇ ਦੀ ਕਿੰਨੀ ਹੈ। ਤੋਰੋ ਹਾਂ ਫਿਰ ਇੱਕ ਲਈ, ਹਜੇ ਤਿਆਰ ਕਾਫੀ ਹੋ ਜਾਣਾ ਆਪਣਾ ਭਰਾ ਮੱਖਣ ਵੀਰ। ਅੱਛਾ, ਇਹ ਆਪਣੇ ਮੱਖਣ ਭਾਜੀ ਆ ਜਿਹੜੇ, ਵੀਰ ਆਪਣਾ ਮੱਖਣ ਜੇ। ਠੀਕ ਆ, ਅੱਗੇ ਵੀ ਕਾਫੀ ਸਾਰੇ ਵੀਡੀਓ 'ਚ ਆਪਾਂ ਦਰਸ਼ਨ ਕਰਾਈ ਦੇ ਵੀਰ ਜੀ ਨਾਲ, ਤੇ ਤੁਹਾਨੂੰ ਸਿੰਗੀ ਵੇਖੋ ਨਿੱਕੀ ਨਿੱਕੀ ਲੱਗੀ ਆ ਝੋਟੀ ਨੂੰ। ਹਾਂਜੀ ਠੀਕ ਆ, ਹਾਂਜੀ ਹਾਂਜੀ ਵੀਰ, ਕੱਟੀ ਜਾਣਾ ਆ, ਕੱਟੀ ਮੰਗਦਾ। ਠੀਕ ਆ, ਮੈਂ ਕੱਟੀ ਭਰਾ ਦੇ ਗਿਆ ਘਲਾਂਗੇ ਇਹਨੂੰ, ਫਿਰ ਵੀਰ ਨੂੰ ਮੋੜ ਨਹੀਂ ਨਾ ਆਪਾਂ ਸਕਦੇ। ਠੀਕ ਆ, ਠੀਕ ਆ ਜੀ ਵੀਰ ਜੀ।
ਬਾਕੀ ਆਹ ਦੇਖ ਸਕਦੇ ਕਾ ਗੱਡੀ ਆ ਗਈ ਆ, ਕੱਦ ਇੱਕ ਵਾਰੀ ਕੱਦ ਚੰਗੀ ਤਰ੍ਹਾਂ ਵਿਖਾ ਦੋ ਵੀਰ ਜੀ, ਠੀਕ ਆ। ਤੇ ਆਹ ਇੱਕ ਗੱਡੀ ਤੁਰ ਪਈ ਆ ਤੇ ਇੱਕ ਗੱਡੀ ਆ ਗਈ ਆ, ਤਰਾਈ ਚਲਾਈ ਚੱਲਦੀ ਰਹਿੰਦੀ ਆ। ਅਜੇ ਤਿਆਰ ਹੋਣੀ ਆ ਥੱਲੇ ਹੋਣਾ, ਅਜੇ ਆਹ ਦੇਖ ਸਕਦੇ। ਤੇ ਵੀਰ ਜੀ ਇਹਦਾ ਮੁੱਲ ਫਿਰ ਕਿੰਨਾ ਜੇ? ਮੁੱਲ ਤੇ ਵੀਰ ਜੀ ਆਪਾਂ ਜਾਇਜ਼ ਹੀ ਕਰ ਦੇਣਾ। ਕਿੰਨਾ ਤੁਹਾਨੂੰ ਪਤਾ ਜਿੰਨਾ ਕੁ ਮੁੱਲ ਕਰ ਦੇਣਾ, ਪਰ ਇੰਨੇ ਦੀ ਆਉਂਦੀ ਨਹੀਂ ਬਾਹਰੋਂ। ਆ ਜਾਂਦੀ ਹੁੰਦੀ ਜੇ? ਝੋਟੀਆਂ ਦਾ ਬਾਹਰ ਦੇ ਲੱਖ ਲੱਖ 95,000 ਮੁੱਲ ਹੁੰਦੇ ਆ ਜੀ। ਹਾਂਜੀ, ਪਰ ਆਪਾਂ ਕਰਦੇ ਮੁੱਲ 75,000। ਅੱਛਾ, 75,000 ਦੀ ਝੋਟੀ ਦੇ ਦਾਂਗੇ। 75,000 ਦੀ ਦੇ ਦਾਂਗੇ, ਬਾਕੀ ਮੌਕੇ ਤੇ ਮਾਨਤਾ ਹੋਰ ਕਰ ਦੋਗੇ? ਥੋੜਾ ਬੋਧਾ ਵੀਰ ਜੀ ਹੋਣਾ 75,000। ਠੀਕ ਹੈ ਜੀ, ਠੀਕ ਹੈ। ਤੇ ਹੁਣ ਆ ਵੀ ਗੱਪਨ ਜੇ, ਪਹਿਲਾਂ ਆ ਵਿਖਾ ਦਈਏ ਕਿ ਜਿਹੜੀ ਲੱਥ ਲੱਗੀ ਉਹ ਵਿਖਾ ਦਈਏ? ਇਹੋ ਵਿਖਾ ਦਈਏ। ਚਲੋ ਪਹਿਲਾਂ ਇਹ ਉਹਨੇ ਚਿਰ ਚ ਉਹ ਲੱਥ ਜੂਗੀ। ਹਾਂ ਦੇਖ ਸਕਦੇ ਜੀ, ਅਜੇ ਉਹ ਆਪਣੇ ਡਾਕਟਰ ਸਾਹਿਬ ਵੀ ਆ ਗਏ ਅੱਜ, ਅੱਜ ਸਾਰੇ ਵੀਰ ਇਕੱਠੇ ਹੋਏ ਆ, ਰੌਣਕ ਲੱਗੀ ਅੱਜ ਪੂਰੀ ਜਿਹੜੀ। ਤੇ ਇਹ ਵੀਰ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ? ਇਹ ਵੀਰ ਜੀ 14 ਕਿਲੋ ਪਿਛਲੀ ਵਾਰ ਚੋਇਆ ਜੀ। ਅੱਛਾ, ਵੀਰ ਸੇਵਾ ਵੱਧ ਕਰ ਲੂਗਾ ਤੇ ਵੱਧ ਚਵਾ ਲੂਗਾ। ਅੱਛਾ, ਬਾਕੀ ਵੀਰ ਜੀ ਤਿਆਰ ਤਿਉਰ ਅਜੇ ਬਹੁਤ ਹੋਣੀ ਆ ਝੋਟੀ, ਇਹ ਵੀ ਕੱਚੀ ਆ ਥੋੜੀ ਜੀ, 10 ਦਿਨ ਕੱਚੀ ਹੋਊਗੀ ਝੋਟੀ। ਅੱਛਾ, ਦਸ ਦਿਨ ਖੁੱਲੇ ਡੁੱਲੇ ਖੜੂਗੀ ਵੀਰ ਜੀ। ਤੋਰੋ ਹਾਂ ਫਿਰ ਇਹਨਾਂ ਨੂੰ, ਕੱਦ ਵਿੱਚ ਹੀ ਬਹੁਤ ਜ਼ਿਆਦਾ ਕੱਦ ਵਜਨ ਚ ਚੰਗੀ ਆ ਵੀਰ ਜੀ। ਉਹ ਵੀਰਾਂ ਨੇ ਨਾ ਸਾਰੀਆਂ ਮਹੀਆਂ ਦੀਆਂ ਪੂਛਾਂ ਕੱਟੀਆਂ। ਅੱਛਾ, ਕਿਉਂਕਿ ਉਹ ਆਉਂਦੇ ਆ ਵੀ ਦੂਜਾ ਪੂਛ ਪਾਛ ਮਾਰ ਜਾਂਦਾ ਕਿਸੇ ਨਾਲ ਡੰਗਰ। ਅੱਛਾ, ਹਾਂਜੀ ਹਾਂਜੀ, ਆਹ ਸਾਰੇ ਕੱਟੇ ਆ ਥੱਲਿਓ। ਹਾਂਜੀ ਠੀਕ ਆ, ਹਾਂਜੀ ਹਾਂਜੀ, ਤੁਹਾਡੇ ਸਾਹਮਣੇ ਜੇ ਵਾਲ ਕੱਟੇ ਆ ਜਿਹੜੇ ਇਹਦੇ। ਬਾਕੀ ਜੀ ਕੱਦ ਕਾਠ ਵੇਖੋ, ਵੱਡੀ ਮੈਂ ਆ ਤੇ ਠੀਕ ਆ, ਛੋਟੀ ਆ, ਕੱਦ ਦੇਖ ਸਕਦੇ ਜੇ ਤੁਸੀਂ, ਚੰਗਾ ਆ। ਬਾਕੀ ਜੀ ਕਾਠੀ ਕੁਠੀ ਵੇਖੋ, ਹੈ ਕਿ ਨਹੀਂ ਕੱਢ ਰੰਗ ਸਿੱਧੀ? ਹਾਂਜੀ ਹਾਂਜੀ। ਬਾਕੀ ਸਿੰਘ ਦੀ ਵੇਖੋ ਵੀਰ ਜੀ, ਬਣਾਵਟ ਕਿੰਨੀ ਸੋਹਣੀ ਹੈ। ਸਿੰਘ ਵੀ ਸੋਹਣਾ ਵਾ, ਕੱਦ ਕਾਠ ਵੀ ਚੰਗਾ ਵਾ ਵੀਰ ਜੀ ਉਹਨਾਂ ਦੇ ਲਾਗੇ, ਜਿਹੜਾ ਕੱਦ ਆਉਣ ਦਿਆ ਵਾ ਇਹਦਾ। ਹਾਂਜੀ ਸੋਹਣੀ ਆ, ਚਲੋ ਫੱਬਦੀ ਆਪਣੇ ਪਿੱਠ ਪੋੜੇ 'ਚ। ਬਾਕੀ ਕੋਈ ਵੀਰ ਆਪਣੀ ਅੱਖੀ ਆਣ ਕੇ ਵੇਖੇ, ਜਿਸ ਤਰ੍ਹਾਂ ਹੁਣ ਭਾਅ ਜੀ ਹੋਣੀ ਵੀ ਪਠਾਨਕੋਟ ਤੋਂ ਆਏ ਆ, ਉਹਨਾਂ ਨੇ ਆਪਣੀ ਵੇਖ ਕੇ ਖੜੀ ਆ, ਅਤੇ ਇਸ ਤਰ੍ਹਾਂ ਹੀ ਸਾਰੇ ਵੀਰਾਂ ਨੂੰ ਆਉਣਾ ਚਾਹੀਦਾ ਵਾ, ਪ੍ਰੋਪਰ ਜਿਹੜਾ ਵਾ ਕੱਦ ਕਾਠ ਦਾ, ਪਿੱਠ ਪੋੜੇ ਦਾ, ਥਣ ਹਵਾਨੇ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ। ਵੀਡੀਓ 'ਤੇ ਕਈ ਵਾਰੀ ਪ੍ਰੋਪਰ ਚੀਜ਼ਾਂ ਦਾ ਨਹੀਂ ਪਤਾ ਲੱਗ ਪਾਉਂਦਾ। ਮੁੱਲ ਇਹੋ ਜਿਹਾ ਕਰਿਓ, ਸਿਰਫ ਪ੍ਰੇਮ ਭਾਈ ਦੇ ਅੱਡੇ ਤੋਂ ਮੁੱਲ ਮਿਲਿਆ ਉਹਲਾ। ਚਲੋ ਹੋਰ ਨਾ ਕਿਤੇ 5 ਮਿੰਟ ਹੀ ਲੱਗਣ ਵਿਗਾ ਲੱਗਿਆ, ਬਸ ਪਹਿਲੇ ਫੋਨ ਤੇ ਜਾਵੇ, ਪਹਿਲੇ ਫੋਨ ਵਾਲਾ ਵੀਰ ਜੀ ਕੰਮ ਫਿਰ ਕਰ ਦਈਏ। ਅੱਛਾ ਹਾਂਜੀ ਵੀਰ ਜੀ, ਬੈਗ ਬੂਗ ਬੜੀ ਆਉਣੀ ਝੋਟੀ, ਹਾਂਜੀ ਜਿੰਨੀ ਬਣੂਗੀ ਸੋਹਣੀ ਬਣੂਗੀ। ਇਹ ਆ ਕਿ ਸਾਂਭ ਛੱਡ ਕੇ ਜਿਹੜਾ ਵਾ ਵੀਰ, 2,000 ਰੁਪਇਆ ਖਵਾ ਦੂਗਾ ਨਾ ਜਾ ਕੇ। ਅੱਛਾ, ਤੇ 20,000 ਵੱਜ ਜਾਣੀ ਜੇ ਜਾ ਕੇ ਫਿਰ। ਅੱਛਾ ਹਾਂਜੀ ਠੀਕ ਆ, ਹਾਂਜੀ ਕਿੰਨੇ ਦੀ ਦੇਣੀ ਫਿਰ? ਇਹ ਵੀਰ ਜੀ
ਮੁੱਲ ਕਰਨ ਨੂੰ ਇਹਦਾ ਭਾਵੇਂ 75 ਕਰ ਲਈਏ, ਅੱਛਾ ਪੂਰੇ 68,000 ਦੀ ਝੋਟੀ ਦੇ ਦਾਂਗੇ, 68,000 ਦੀ ਪਰ ਸ਼ੋਰਟ ਹੀ ਹੋਣੀ 68,000 ਚ। ਠੀਕ ਹੈ, ਠੀਕ ਚਲੋ, ਬਾਕੀ ਮੰਨ ਲਓ ਆਪਾਂ ਤਿਆਰ ਕਰਕੇ ਸਵਾ ਕੇ ਵੇਚ ਦਈਏ ਨਾ, ਹਾਂਜੀ, ਤੇ ਅਸੀਂ ਝੋਟੀ ਵੱਧ ਵੇਚ ਦੇਣੀ। ਠੀਕ ਹੈ, ਹਾਂਜੀ, ਇਹ ਵੀ ਹਜੇ ਵਿੱਚ 10 ਦਿਨ ਖੜੂਗੀ ਪੂਰੇ। ਠੀਕ ਹੈ, ਆਪਾਂ ਗਰੰਟੀ ਦਾਂਗੇ 10 ਦਿਨਾਂ ਦੀ, 10 ਦਿਨਾਂ ਤੋਂ ਵੱਧ ਖੜੇ ਤੇ ਖਾਤਾ ਨੰਬਰ ਦੇ ਦੇ। ਅੱਛਾ, ਉਸੇ ਵੇਲੇ ਗੂਗਲ ਪੇ ਪੈਸੇ ਹੋਣਗੇ, ਰੋਜ਼ ਦਾ ਖਰਚਾ। ਚਲੋ, ਬਾਕੀ ਕਈ ਵਾਰੀ ਦਾ ਖਰਚਾ ਵਿੱਚ ਜੀ ਕੱਪਨ ਪਛੂਆ ਕਈ ਵਾਰੀ 2-4 ਦਿਨ ਵੱਧ ਵੀ ਹੋ ਸਕਦੇ ਆ, ਤੇ ਪਹਿਲਾਂ ਵੀ ਸੋ ਸਕਦੀ ਆ ਤੇ ਵੱਧ ਵੀ ਖੜ ਸਕਦੀ ਆ। ਹਾਂਜੀ, ਇਹਦੇ 100 ਰੁਪਏ ਨਹੀਂ ਮੈਂ ਛੋਟ ਕਰਾਂਗਾ, 200 ਰੁਪਏ ਕਰਾਂਗਾ ਛੋਟ। ਅੱਛਾ, ਇਹਦੇ ਪੱਠਿਆਂ ਦੀ ਸਰਫ। ਠੀਕ, ਚਲੋ, ਉਹਦੇ ਮਰਲਾ ਪੱਠੇ ਹੋ ਗਏ, ਮਰਲੇ ਦੇ ਪੱਠਿਆਂ ਦੇ ਪੈਸੇ ਛੱਡਿਆ ਕਰਦੇ ਹਰ ਘੰਟਾ। ਉਹਦੇ ਮੌਕੇ ਤੇ ਪਤਾ ਲੱਗਣਾ ਹੈ 200 ਹੁੰਦੀ ਆ ਕਿ ਕਿੰਨੀ ਹੁੰਦੀ ਆ। ਆਪਣਾ ਖਾਤਾ ਨੰਬਰ ਦੇ ਦੇ, ਖਾਤੇ 'ਚ ਪਾਈ ਜਾਵਾਂਗੇ ਰੋਜ਼ ਦੇ ਰੋਜ਼, ਆਖਣ ਮਹੀਨੇ ਇੰਨੇ ਦਿਨ ਬਾਕੀ ਆ। ਅੱਛਾ, ਕਿੱਲੇ ਦੇ ਪੈਸੇ ਪਾਵਾਂਗੇ, ਕਿੱਲੇ ਦੇ ਬੱਜੀ ਫੱਬੂ ਵੀ ਝੋਟੀ ਵੀ ਬੱਜੀ ਆ ਕਿੱਲੇ ਦੇ ਮੈਂ। ਠੀਕ ਹੈ, ਹਾਂਜੀ, ਤੇ ਹੁਣ ਇੱਕ ਆਹ ਝੋਟੀ ਜਿਹੜੀ ਹੁੰਦੀ ਆ ਇਹ ਨਹੀਂ ਪਿੰਡੀ ਜੀ ਆ। ਹਾਂਜੀ, ਤੇ ਇਹ ਜੇ ਹੁਣ ਇਹ ਵੀ ਕੱਪਣੀ ਜੇ, ਇਹ ਵੀ ਕੱਪਣ ਵਿੱਚ ਅੱਜ ਸਾਰੀਆਂ ਕੱਪਣਾਂ ਹੀ। ਹਾਂਜੀ ਹਾਂਜੀ, ਕੱਪਣੀ। ਇਹ ਕਿੰਨੇ ਕ ਦੁੱਧ ਵਾਲੀ ਜੇ? ਇਹ ਵੀਰ ਜੀ ਪਿਛਲੀ ਵਾਰ ਇਹਨੇ 12 ਕਿਲੋ ਚਵਾਇਆ ਜੀ। ਚਵਾਤਾ ਇਹਨੇ 12 ਕਿਲੋ? 12 ਕਿਲੋ ਚਵਾਇਆ ਵਾ ਤੇ। ਤੋਰੋ ਫਿਰ ਇਹਨਾਂ। ਅੱਜ ਆਪਣੇ ਬੰਟੀ ਭਾਜੀ ਵੀ ਆਏ ਆ। ਬੰਟੀ ਭਾਜੀ, ਹੋਰ ਬੰਟੀ ਭਾਜੀ ਕੀ ਹਾਲ ਚਾਲ ਜੇ? ਕੋਈ ਗਾਂ ਦੇ ਸਾਰੇ ਗਏ ਤੇ ਬੰਟੀ ਭਾਜੀ ਜਿਹੜੇ ਆ ਅਜਨਾਲੇ 'ਚ ਪੂਰੇ ਮਸ਼ਹੂਰ ਆ ਸਿੰਘ ਬਣਾਉਣ 'ਚ, ਖੋਰ ਬਣਾਉਣ, ਸਿੰਘ ਬਣਾਉਣ, ਪੂਰੇ ਅਜਨਾਲੇ ਏਰੀਏ 'ਚ ਬੰਟੀ ਭਾਜੀ ਸਿੰਘ ਬਣਾਉਂਦੇ ਆ ਸਾਰੇ। ਜਰਸੀ ਵੈਡ ਵਾਲਾ ਲੱਗਾ ਕਿ ਨਹੀਂ ਮੂੰਹ ਇਹਨੂੰ? ਹਾਂਜੀ ਹਾਂਜੀ ਹਾਂਜੀ, ਜਰਸੀ ਵੈਡ ਵਾਲਾ ਮੂੰਹ ਲੱਗਾ ਇਹਨੂੰ। ਬਾਕੀ ਪਲੀ ਪਲੀ ਆ ਵੀਰ ਜੀ, ਸੋਹਣੀ ਆ, ਬਰੀਡ ਬਹੁਤ ਜ਼ਿਆਦਾ ਵੀਰ ਜੀ। ਅਜੇ ਹੁਣੇ ਗੱਡੀ ਚ ਲੱਥੀ ਆ, ਜਿਸ ਤਰ੍ਹਾਂ ਪਿੱਛੋਂ ਆਈ ਬਿਲਕੁਲ ਅਜੇ ਉਤਰਾਂਗੇ। ਹਾਂਜੀ ਹਾਂਜੀ, ਜਰਸੀਆਂ ਵੈੜਾਂ ਅਜੇ ਕੋਈ ਨਵਾਈ ਧਵਾਈ ਨਹੀਂ ਆ, ਅਜੇ ਬਿਲਕੁਲ ਜਿਸ ਤਰ੍ਹਾਂ ਪਿੱਛੋਂ ਆਈ ਆ ਉਤਰਾਂਗੇ। ਅਜੇ ਗੱਬਣੇ ਆ ਵੀ ਟਾਈਮ ਖੜਦੀ ਆ। ਠੀਕ ਆ, ਬਾਕੀ ਆ ਕਿ ਇੱਥੇ ਆ ਕੇ ਵੇਖ ਕੇ ਖੜਿਆ ਕਰੋ, ਪ੍ਰੋਪਰ ਪਤਾ ਲੱਗ ਜਾਂਦਾ ਹੈ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਦਾ। ਖਾਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਜੀ। ਠੀਕ ਹੈ ਜੀ, ਖਾਣਾ ਦੀ ਆਪਣੀ ਫੁੱਲ ਗਾਰੰਟੀ ਹੋਊਗੀ। ਤੇ ਇਹ ਵੀ ਜੀ ਫਿਰ ਇਹਦਾ ਕਿੰਨਾ ਮੁੱਲ ਹੈ? ਇਹਦਾ ਵੀ ਜੀ ਮੁੱਲ ਜਾਇਜ਼ ਹੀ ਕਰਦੀ ਹੈ। ਕਿੰਨਾ ਵੀ ਜੀ ਇਹਦਾ? ਇਹ ਟੋਕਰਾ ਦੇ ਭਾਈ ਆਪਾਂ ਦੇਣੀ ਆ। ਅੱਛਾ, ਹਾਂਜੀ, ਜਾਇਜ਼ ਹੀ ਕਰੀਏ, ਜਾਇਜ਼ ਹੀ ਕਰਦੀ ਹੈ ਪੂਰੇ ਵੀਰ ਜੀ ਮੁੱਲ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ 65,000 ਦੀ ਦੇ ਦਾਂਗੇ। 65,000 ਦੀ ਦੇ ਦਾਂਗੇ ਵੀਰ ਜੀ, ਬਾਕੀ ਮੌਕੇ ਤੇ ਕਰ ਦੋਗੇ? ਮੌਕੇ ਤੇ ਕਰ ਦਾਂਗੇ, ਮਾਨ ਤਾਂ ਤੁਹਾਨੂੰ ਪਤਾ ਇਹਨਾਂ ਦੀਆਂ ਟੋਕਣਾਂ ਆਉਂਦੀਆਂ ਵਾ ਤੇ 65,000 67,000 ਦੀਆਂ ਟੋਕਣਾਂ ਮਹੀਆਂ ਆਉਂਦੀਆਂ ਵਾ। ਹਾਂਜੀ ਹਾਂਜੀ, 5-5 ਮਹੀਨੇ ਦੀਆਂ ਸੂਈਆਂ। ਹਾਂਜੀ ਹਾਂਜੀ, ਇਹ ਫਿਰ ਭਾਜੀ ਸੱਜਰਾ ਦੇਖ ਦੇ ਦਾਂ। ਹਾਂਜੀ ਹਾਂਜੀ, ਇਹ ਤੇ ਸੱਜਰਾ ਕਿ ਵੀਰ ਭਰਾ ਦੇ ਘਰ ਜਾ ਕੇ ਸੂਣ ਗਿਆ ਤੇ ਮੱਖਣ ਭਾਜੀ ਕਹਿ ਦੋ ਫਿਰ 65 ਚੋਂ ਕਰ ਦੋਗੇ? ਮਾਨ ਤਾਂ ਨਹੀਂ ਕਰ ਦੇਣਗੇ। ਮੱਖਣ ਵੀਰ ਨੂੰ ਕਹਿ ਦੋ, ਮੱਖਣ ਭਾਜੀ ਵੀ ਪੂਰੇ ਅਜਨਾਲੇ ਛੱਡ ਦਾਂਗੇ ਭਾਜੀ। ਅੱਛਾ, ਹਾਂਜੀ, ਇਹ ਵੀ ਮੱਖਣ ਭਾਜੀ ਵੀ ਪੂਰੇ ਅਜਨਾਲੇ ਏਰੀਆ ਦੇ ਸਾਂਝੇ ਬੰਦੇ ਆ, ਫੇਮਸ ਆ ਪੂਰੇ ਤੇ, ਪੂਰੇ ਫੇਮਸ ਆ ਪੂਰੇ ਅਜਨਾਲੇ ਚ। ਹਾਂਜੀ ਜੀ, ਠੀਕ ਆ, ਇਹ ਕੱਟੀ ਦਾਂਗੇ 62,000 ਦੀ। ਅੱਛਾ, ਇਹਦੇ ਵਿੱਚੋਂ ਛੋਟੀ ਹੋਊਗੀ। ਠੀਕ ਆ ਜੀ, ਠੀਕ ਆ, ਬਾਕੀ ਇਹ ਬਾਕੀ ਵੀ ਮੀਨਾ ਸਿੰਘ ਲੱਗਾ ਯਾਰ ਕੋ। ਹਾਂਜੀ ਹਾਂਜੀ, ਮੀਨਾ ਸਿੰਘ ਦੇ। ਠੀਕ ਆ, ਬਾਕੀ ਇਹ ਆ ਕਿ ਤਿੰਨੇ ਗੱਬਣਾ ਵੀ ਇੱਥੇ ਆ ਗਏ ਆਪਣੀਆਂ ਪਾਸ ਕਰਕੇ, ਬਾਕੀ ਕੋਈ ਵੀ ਜੀ ਜੋੜਾ ਜੋੜਾ ਲੈ ਜੂਗਾ, ਮਾਨ ਤਾਂ ਖੁੱਲੇ ਫੁੱਲ ਹੋਣਗੇ ਪੂਰੇ। ਅੱਛਾ, ਖੁੱਲੇ ਕਰ ਦੋਗੇ ਮਾਨ? ਕਈ ਵੀਰ ਭਰਾ ਹੀ ਜਾਂਦੇ, ਚਲੋ ਕਰਾਏ ਪੈਣਾ ਜੋੜੇ ਪਾ ਲੈ ਹੁੰਦੇ ਆ। ਅੱਛਾ ਅੱਛਾ, ਮਾਨ ਤਾਂ ਖੁੱਲੇ ਹੋਣਗੇ। ਠੀਕ ਹੈ ਜੀ, ਜੇ ਕੋਈ ਵੱਡੀ ਗੱਡੀ ਲੈ ਆਊਗਾ ਫਿਰ ਖੁੱਲਾ ਮਾਨ ਹੋ ਜਾਊਗਾ, ਤਿੰਨੇ ਪਾ ਕੇ ਲੈ ਜੂਗਾ ਜਿਹੜਾ। ਅੱਛਾ ਹਾਂਜੀ, ਠੀਕ ਹੈ ਜੀ, ਮੋੜਨਾ ਨਹੀਂ ਕਿਸੇ ਨੂੰ ਬਸ, ਬਾਕੀ ਆਪਣੀ ਸਮਝਣਾ ਤਸੱਲੀ ਕਰਕੇ ਖੜੋ ਜੀ।